ਯੋਹੰਨਾ ਨੂੰ ਦੁਬਾਰਾ ਤੋਂ ਯਸੂ ਦੀ ਪਹਿਚਾਣ ਕਰਵਾਉਣੀ ਪਈ। ਪਹਿਲਾਂ ਬਾਪ ਨੇ ਗਵਾਹੀ ਦਿੱਤੀ ਹੈ, ਐਲਾਨ ਤਾਂ ਹੋ ਗਿਆ ਇਹੀ ਮਸੀਹਾ ਹੈ ਅਤੇ ਇਹੋ ਹੀ ਬੇਟਾ ਹੈ, ਲੇਕਿਨ ਲੋਕਾਂ ਨੂੰ ਵੀ ਤਾਂ ਦੱਸਣਾ ਸੀ, ਇਹ ਖੁਸ਼ਖਬਰੀ ਵੀ ਤਾਂ ਦੇਣੀ ਸੀ। ਇਸ ਵਾਸਤੇ ਇੱਕ ਦਿਨ ਯੋਹੰਨਾ ਆਪਣੇ ਸ਼ਾਗਿਰਦਾਂ ਦੇ ਨਾਲ ਅਤੇ ਲੋਕਾਂ ਦੇ ਨਾਲ ਖਲੋਤਾ ਹੈ ਅਤੇ ਯਸੂ ਗੁਜ਼ਰਦਾ ਜਾ ਰਿਹਾ ਸੀ, ਯੋਹੰਨਾ ਵਾਲੇ ਨਹੀਂ ਆ ਰਿਹਾ, ਬਪਤਿਸਮਾ ਹੋ ਗਿਆ ਅਤੇ ਦੂਰੋਂ ਯੋਹੰਨਾ ਵੇਖ ਕੇ ਯਸੂ ਮਸੀਹ ਨੂੰ, ਅਤੇ ਉਹਨੇ ਇੱਕ ਵਾਰ ਫਿਰ ਪਹਿਚਾਣ ਕਰਵਾ ਦਿੱਤੀ ਹੈ ਇੱਕ ਹੋਰ ਹਵਾਲੇ ਦੇ ਨਾਲ। ਅਤੇ ਕੀ ਕਿਹਾ ਯੋਹੰਨਾ ਨੇ, ਅੱਜ ਦੀ ਇੰਜੀਲੇ ਮੁਕੱਦਸ ਯੋਹੰਨਾ ਪਹਿਲਾ ਬਾਪ 29:34 ਆਇਤ, ਇੱਕੋ ਹੀ ਲਫਜ਼ ਕਹਿ ਕੇ ਯਸੂ ਦੀ ਪਹਿਚਾਣ ਕਰਵਾ ਦਿੱਤੀ, ਤਾਰਫ ਕਰਵਾ ਦਿੱਤਾ ਫਿਰ, ਔਰ ਉਹ ਕੀ ਕਿਹਾ, ਦੇਖੋ, ਸ਼ਾਬਾਸ਼ ਬੋਲੋ ਮੇਰੇ ਨਾਲ ਜ਼ਰਾ, ਅਬ ਯੋਹੰਨਾ ਕਿਆ ਕਹਿ ਰਿਹਾ, ਵੇਖੋ, ਅੰਨਿਆਂ ਵਾਂਗੂ ਨਹੀਂ ਮੰਨੋ, ਕਿਵੇਂ ਮੰਨੋ, ਵੇਖੋ, ਵੇਖ ਕੇ ਦੇਖੋ, ਦੇਖੋ ਦੇ ਵਿੱਚ ਹੈਰਾਨਗੀ ਵੀ ਹੈ, ਦੇਖੋ ਲਫ਼ਜ਼ ਦੇਖੋ ਬੜਾ ਪਾਵਰਫੁਲ ਲਫ਼ਜ਼ ਹੈਗਾ ਜੀ, ਬੜਾ ਤਾਕਤਵਰ ਲਫ਼ਜ਼ ਹੈ, ਦੇਖੋ। ਅਤੇ ਸਾਡੀ ਜ਼ਬਾਨ 'ਚ ਵੀ, ਪੰਜਾਬੀ ਜ਼ਬਾਨ 'ਚ ਵੇਖੋ ਦੇ ਬੜੇ ਮਤਲਬ, ਹਾਂਜੀ, ਲੈ ਵੇਖ ਲੈ, ਇਹਦਾ ਮਤਲਬ ਹੋਰ ਹੈ, ਹਾਂਜੀ ਵੇਖੋ ਜੀ, ਇਹਦਾ ਮਤਲਬ ਹੋਰ ਜੇ, ਲੈ ਵੇਖੋ ਤਾਂ ਸਹੀ, ਇਹਦਾ ਮਤਲਬ ਹੋਰ ਹੈ। ਲਫ਼ਜ਼ ਵੇਖੋ ਦੇਖੋ ਇਹਦੇ ਤਾਂ ਢੇਰ ਮਤਲਬ ਨੇ, ਲੇਕਿਨ ਅੱਜ ਜਿਵੇਂ ਯੋਹੰਨਾ ਕਹਿ ਰਿਹਾ ਨਾ, ਵੇਖੋ ਉਹ ਗਵਾਈ ਦਾ ਮੂਡ ਹੈ, ਗਵਾਈ ਦਾ, ਵੇਖੋ ਸਾਬਤ ਹੋ ਗਿਆ, ਮੰਨ ਲਵੋ, ਕਬੂਲ ਕਰ ਲਵੋ, ਦੇਖੋ ਖੁਦਾ ਕਾ ਬਰਾ ਜੋ ਜਹਾਨ ਕੇ ਗੁਨਾਹੋਂ ਕੋ ਉਠਾਵੇ। ਅੱਛਾ ਵੀ ਹੁਣ ਬਰਾ ਕਿਉਂ ਕਿਹਾ ਹੈ, ਦੇਖੋ ਖੁਦਾ ਕਾ ਬਰਾ। ਬਰਾ ਬਾਈਬਲ ਮੁਕੱਦਸ 'ਚ ਬਹੁਤ ਵੱਡਾ ਇੱਕ ਨਿਸ਼ਾਨ ਹੈ, ਬਰਾ ਬਰਾ ਹੁੰਦਾ ਲੇਲਾ ਛੋਟਾ, ਹਾਂਜੀ ਨਾਰੇ ਨਰ ਲੇਲਾ, ਉਹਨੂੰ ਅਸੀਂ ਬਰਾ ਕਹਿੰਦੇ ਹਾਂ। ਪੁਰਾਣੇ ਅਹਿਦਨਾਮੇ ਦੇ ਵਿੱਚ ਅਸੀਂ ਪੜ੍ਹਦੇ ਹਾਂ, ਬਲਕਿ ਬਾਈਬਲ ਮੁਕੱਦਸ ਤੋਂ ਵੀ ਪਹਿਲੇ, ਲੋਕ ਹਮੇਸ਼ਾ ਕੁਰਬਾਨੀਆਂ ਚੜ੍ਹਾਉਂਦੇ ਸਨ, ਬਾਈਬਲ ਮੁਕੱਦਸ ਤੋਂ ਵੀ ਪਹਿਲੇ, ਇਹ ਤਾਂ ਸਦੀਆਂ ਹਜ਼ਾਰਾਂ ਸਾਲ ਪਹਿਲੇ। ਬਾਈਬਲ ਮੁਕੱਦਸ ਨੂੰ ਕਿੰਨੇ ਸਾਲ ਹੋ ਗਏ ਨੇ ਲਿਖਿਆ ਬਈ, ਪੁਰਾਣਾ ਐਦਨਾਮਾ 1200 ਸਾਲ 'ਚ ਲਿਖਿਆ ਗਿਆ ਹੈ ਔਰ ਨਵਾਂ 100 ਸਾਲ 'ਚ ਲਿਖਿਆ ਗਿਆ, ਲੇਕਿਨ ਪੁਰਾਣਾ ਐਦਨਾਮਾ ਲਿਖਿਆ ਗਿਆ ਹੈ, ਲੇਕਿਨ ਹਵਾਲੇ ਤਾਂ ਬਹੁਤ ਪਹਿਲੇ ਤੋਂ ਸ਼ੁਰੂ ਹੋਏ ਨੇ। ਬਾਈਬਲ ਮੁਕੱਦਸ ਤੋਂ ਪਹਿਲੋਂ, ਬਹੁਤ ਪਹਿਲੋਂ, ਲੋਕ ਆਪਣੇ ਆਪਣੇ ਦੇਵਤਿਆਂ ਦੇ ਅੱਗੇ ਕੁਰਬਾਨੀਆਂ ਦਿੰਦੇ ਸਨ। 3-4 ਕਿਸਮ ਦੀਆਂ, ਬੜੀਆਂ ਕਿਸਮ ਦੀਆਂ ਕੁਰਬਾਨੀਆਂ ਨੇ, ਸ਼ੁਕਰਗੁਜ਼ਾਰੀ ਦੀ ਕੁਰਬਾਨੀ ਹੈ, ਠੀਕ ਹੈ, ਹਮਦ ਦੀ ਕੁਰਬਾਨੀ ਹੈ, ਤਾਰੀਫ ਦੀ ਕੁਰਬਾਨੀ ਹੈ ਅਤੇ ਗੁਨਾਹਾਂ ਦੀ ਮਾਫ਼ੀ ਦੀ ਵੀ ਕੁਰਬਾਨੀ ਹੈ। ਬਰੇ ਦਾ ਤਲਕ ਗੁਨਾਹਾਂ ਦੀ ਮਾਫ਼ੀ ਦੀ ਕੁਰਬਾਨੀ ਦੇ ਨਾਲ ਹੈ। ਜਦੋਂ ਵੀ ਕੋਈ ਦੇਵਤਾ ਕੋਈ ਦੁੱਖ ਤਕਲੀਫ ਦਰਦ ਤੂਫਾਨ ਕੋਈ ਵੀ ਮੁਸੀਬਤ ਆਉਂਦੀ ਸੀ ਤਾਂ ਲੋਕ ਦੇਵਤੇ ਦੇ ਸਾਹਮਣੇ ਕੁਰਬਾਨੀ ਚੜ੍ਹਾਉਂਦੇ ਸਨ ਤਾਂ ਕਿ ਦੇਵਤੇ ਦਾ ਗੁੱਸਾ ਉੱਤਰ ਜਾਵੇ, ਅਮਨ ਹੋ ਜਾਏ ਅਤੇ ਸਲਾਮਤੀ ਹੋ ਜਾਵੇ। ਇਸੇ ਲਾਈਨ ਦੇ ਵਿੱਚ ਜਦੋਂ ਇਸਰਾਇਲ ਕੌਮ ਮਿਸਰ ਦੀ ਗੁਲਾਮੀ 'ਚ ਸੀ ਤਾਂ ਖੁਦਾ ਨੇ ਆਖਿਆ, ਮੈਂ ਆਪਣੀ ਕੌਮ ਨੂੰ ਕੱਢ ਲਵਾਂਗਾ ਮੁਲਕੇ ਮਿਸਰ 'ਚੋਂ। ਉਸ ਰਾਤ ਇਸਰਾਇਲੀਆਂ ਨੂੰ ਕਿਹਾ, ਤੁਸੀਂ ਕੀ ਕਰੋਗੇ, ਬਰੇ ਦੀ ਕੁਰਬਾਨੀ ਕਰੋਗੇ। ਜਿਸ ਰਾਤ ਮੈਂ ਤੁਹਾਨੂੰ ਮੁਲਕੇ ਮਿਸਰ ਦੀ ਗੁਲਾਮੀ 'ਚੋਂ ਕੱਢਾਂਗਾ, ਬਰੇ ਦੀ ਕੁਰਬਾਨੀ ਕਰਿਓ, ਗੋਸ਼ਤ ਖਾ ਲਿਓ ਅਤੇ ਖੂਨ ਕੀ ਕਰਿਓ, ਖੂਨ ਕੀ ਕਰਿਓ, ਆਪਣੇ ਦਰਵਾਜ਼ਿਆਂ ਦੀ ਦਲੀਜ਼ ਦੇ ਉੱਤੇ ਲਗਾ ਦੇਣਾ। ਰਾਤ ਨੂੰ ਮੌਤ ਦਾ ਫਰਿਸ਼ਤਾ ਆਵੇਗਾ, ਸਾਰਿਆਂ ਨੂੰ ਮਲੀਆ ਮੇਟ ਕਰ ਦੇਗਾ। ਕੌਣ ਬਚੇਗਾ ਜਿਹਦੇ ਦਰਵਾਜ਼ੇ ਦੇ ਉੱਤੇ ਬਰੇ ਦਾ ਖੂਨ ਲੱਗਾ ਹੈ। ਅਤੇ ਇੰਜ ਹੀ ਹੋਇਆ। ਰਾਤ ਨੂੰ ਮਿਸਰੀਆਂ ਦੇ ਪਲੌਠੇ ਇੰਜ ਮਾਰੇ, ਪਰ
ਜਿਹੜੇ ਘਰ ਦੇ ਦਰਵਾਜ਼ੇ 'ਤੇ ਇਸਰਾਈਲੀਆਂ ਨੂੰ ਪਤਾ ਹੈ, ਮਿਸਰੀਆਂ ਨੂੰ ਤਾਂ ਪਤਾ ਵੀ ਨਹੀਂ, ਇਹ ਤਾਂ ਬੜਾ ਖੁਫੀਆ ਕੋਡ ਵਰਡ ਖੁਦਾ ਨੇ ਦਿੱਤਾ ਸੀ, ਚੁੱਪ ਕਰਕੇ ਇਹ ਨਿਸ਼ਾਨ ਲਾ ਲੈਣਾ, ਚੁੱਪ ਕਰਕੇ, ਹਾਂਜੀ। ਅਤੇ ਇਸਰਾਈਲ ਕੌਮ ਬਚ ਗਈ ਹੈ, ਕਾਹਦੇ ਨਾਲ ਬਚੀ ਹੈ? ਬਰੇ ਦੇ ਖੂਨ ਦੇ ਨਾਲ। ਇਹ ਜ਼ਰਾ ਗੱਲ ਬਿਠਾ ਲਵੋ ਅੱਜ ਕਿ ਇਸਰਾਈਲ ਕੌਮ ਮੁਲਕੇ ਮਿਸਰ 'ਚੋਂ, ਗਜ਼ਬ ਤੋਂ, ਮੌਤ ਤੋਂ ਬਚ ਗਈ ਹੈ, ਕਿਹਦੇ ਵਸੀਲੇ ਦੇ ਨਾਲ? ਬਰੇ ਦੇ ਖੂਨ ਦੇ ਵਸੀਲੇ ਦੇ ਨਾਲ।